ਭਾਈ ਘਰ ਤੋਂ ਅੱਛਾ ਤੇ ਡਾਕਟਰ ਕੋਲ ਇਹ ਬਸ ਹੀ ਕਿੱਥੇ ਦੇ ਹਿਮਾਚਲ ਦੇ ਆ ਹਾਂਜੀ ਤੇ ਪੁਲਿਸ ਨੇ ਇਹਨਾਂ ਦੇ ਉਹ ਚੈੱਕ ਕੀਤੇ ਆ ਵੀ ਜਿਹੜੇ ਕਰੋਨਾ ਪੋਜ਼ਿਟਿਵ 72 ਘੰਟੇ ਰਿਪੋਰਟ ਪਿੱਛੇ ਕੀਤੇ ਵਿੱਚ ਪੰਜਾਬ ਪੁਲਿਸ ਨੇ ਕੀਤੇ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਾਂ ਹਦਾਇਤਾਂ ਸ਼ੁਰੂ ਕੀਤੀਆਂ ਸੀ ਕਿ ਕੋਈ ਵੀ ਪੰਜਾਬ ਦੇ ਵਿੱਚ ਐਂਟਰੀ ਕਰੂਗਾ ਉਹ ਕੋ 72 ਘੰਟੇ ਪੁਰਾਣੀ ਪੋਜ਼ਿਟਿਵ ਰਿਪੋਰਟ ਜਾਂ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਆ ਅਤੇ ਆਓ ਆਹ ਜਿਹੜੀ ਹਿਮਾਚਲ 'ਚ ਬੱਸ ਭਰ ਕੇ ਇੱਥੇ ਪੰਜਾਬ ਵੱਲ ਨੂੰ ਚੱਲੀ ਸੀਗੀ ਔਰ ਹਿਮਾਚਲ 'ਚ ਹੀ ਰੋਕ ਦਿੱਤੇ ਆ ਲੋਕ ਅਤੇ ਇੱਥੋਂ ਪੈਦਲ ਜਾ ਰਹੇ ਪੰਜਾਬ ਨੂੰ ਤਾਂ ਉਹ ਇਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਭਾਅ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੁਗਨ ਅੱਛਾ ਜੀ ਕਿੱਥੋਂ ਆਏ ਮੈਂ ਬੇਸਿਕਲੀ ਜੋਬ ਕਰਦਾ ਹਾਂ ਬੀਬੀਐਮਬੀ ਮੈਂ ਅੱਛਾ ਬੀਬੀਐਮਬੀ ਮੈਂ 2 ਦਿਨ ਪਹਿਲੇ ਕਰ ਗਿਆ ਸਰ ਅੱਛਾ ਜੀ ਜਾਂ ਪੇ ਤੇ ਤੁਹਾਡੀ ਜਿਹੜੀ ਤੁਹਾਨੂੰ ਪਤਾ ਵੀ ਪੰਜਾਬ ਸਰਕਾਰ ਨੇ ਕੱਲ੍ਹ ਜਿਹੜੀਆਂ ਗਾਈਡਲਾਈਨਾਂ ਨਵੀਆਂ ਸ਼ੁਰੂ ਕੀਤੀਆਂ ਜਿਹਦੇ ਵਿੱਚ ਤਾਂ ਕਰਕੇ ਮੈਂ ਵਾਪਸ ਆ ਗਿਆ ਤੁਹਾਡੇ ਕੋਲ 72 ਘੰਟੇ ਕੋਈ ਪੁਰਾਣੀ ਨੈਗੇਟਿਵ ਜਾਂ ਪੋਜ਼ਿਟਿਵ ਰਿਪੋਰਟ ਕਰਾਉਣਾ 72 ਘੰਟੇ ਮੈਂ ਕਰੋਨਾ ਟੈਸਟ ਕਰਵਾਇਆ ਥਾ ਵੀ ਡੇਢ ਦੋ ਹਫ਼ਤੇ ਪਹਿਲੇ 72 ਘੰਟੇ ਪਹਿਲੇ ਨਹੀਂ ਅੱਛਾ ਜੀ ਤੇ ਕੀ ਰਿਪੋਰਟ ਆਈ ਹੈ ਤੁਹਾਡੀ ਮੇਰੀ ਨੈਗੇਟਿਵ ਆਈ ਹੈ ਨੈਗੇਟਿਵ ਆਈ ਹੈ ਹਾਂਜੀ ਤੇ ਤਲਵਾੜੇ ਹੁਣ ਤੁਸੀਂ ਚੱਲੇ ਆਪਣੀ ਜੋਬ 'ਚ ਹਾਂਜੀ ਜੋਬ 'ਚ ਜਾਣਾ ਪੈਣਾ ਠੀਕ ਹੈ ਚਲੋ ਇਹ ਤਾਂ ਸੀਗੇ ਬੀਬੀਐਮਬੀ ਦੇ ਮੁਲਾਜ਼ਮ ਤੇ ਆਓ ਆਮ ਪਬਲਿਕ ਨਾਲ ਗੱਲ ਕਰਦੇ ਹਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਰਵੀਨ ਸਿੰਘ ਅੱਛਾ ਜੀ ਤੁਸੀਂ ਸਰ ਕਿੱਥੋਂ ਆਏ ਤੇ ਕਿੱਥੇ ਚੱਲੇ ਮੈਂ ਤਾਂ ਫਤਿਹਪੁਰ ਤੋਂ ਆਇਆ ਅੱਛਾ ਜੀ ਤੇ ਤੁਸੀਂ ਉੱਥੇ ਤਲਵਾੜੇ ਪੰਜਾਬ 'ਚ ਚੱਲੇ ਆ ਤੁਹਾਡੇ ਕੋਲ ਤੁਹਾਨੂੰ ਪਤਾ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਆਈਆਂ ਆ ਕਿ ਜਿਹਦੇ ਵਿੱਚ 72 ਘੰਟੇ ਪੁਰਾਣੀ ਰਿਪੋਰਟ ਹੋਣੀ ਚਾਹੀਦੀ ਹੈ ਨੈਗੇਟਿਵ ਜੇ ਪੁਰਾਣ ਤੋਂ ਕੋਈ ਪਤਾ ਨਹੀਂ ਤੇ ਅੱਛਾ ਜੇ ਹੁਣ ਚੱਲੇ ਤੁਸੀਂ ਤੇ ਤੁਹਾਡੇ ਕੋਲ ਰਿਪੋਰਟ ਹੈਗੀ ਕੋਈ ਨਹੀਂ ਰਿਪੋਰਟ ਤਾਂ ਕੋਈ ਨਹੀਂ ਠੀਕ ਹੈ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਸਾਹਮਣੇ ਪੰਜਾਬ 'ਚ ਬੇਧੜਕ ਹਿਮਾਚਲ 'ਚੋਂ ਲੋਕ ਆ ਰਹੇ ਆ ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਸਰ ਸਰ ਤੁਹਾਨੂੰ ਪੰਜਾਬ ਪੁਲਿਸ ਨੇ ਰੋਕਿਆ ਇੱਥੇ ਆਉਂਦੇ ਹੋਏ ਕਦੇ ਨਹੀਂ ਅਜੇ ਤੱਕ ਤਾਂ ਨਹੀਂ ਰੁਕੀ ਠੀਕ ਹੈ ਸਰ ਤੁਹਾਨੂੰ ਰੋਕਿਆ ਜੀ ਪੰਜਾਬ ਪੁਲਿਸ ਨੇ ਇੱਥੇ ਐਂਟਰੀ ਕਰਨ 'ਚ ਪੰਜਾਬ 'ਚ ਹਾਂਜੀ ਹਾਂਜੀ ਕਿੱਥੇ ਰੋਕਿਆ ਇਹ ਆਪਣੇ ਮੈਰਿਜ ਵਿੱਚ ਅੱਛਾ ਕੀ ਕਹਿੰਦੇ ਉਹ ਕਹਿੰਦੇ ਜਿਲ੍ਹੇ ਕਿੱਥੇ ਆਉਂਦੇ ਫਿਰ ਚਲੋ ਭਾਈ ਤੁਹਾਨੂੰ ਤੁਸੀਂ ਹਿਮਾਚਲ 'ਚੋਂ ਆਏ ਹਾਂ ਅਤੇ ਤੁਹਾਨੂੰ ਪੰਜਾਬ ਪੁਲਿਸ ਨੇ ਆਉਂਦੇ ਰੋਕਿਆ ਇੱਥੇ ਕਦੇ ਠੀਕ ਹੈ ਜੀ ਤੁਹਾਨੂੰ ਰੋਕਿਆ ਜੀ ਪੰਜਾਬ ਪੁਲਿਸ ਨੇ ਹਿਮਾਚਲ ਤੋਂ ਆ ਕੇ ਨਹੀਂ ਜੀ ਠੀਕ ਹੈ ਜੀ ਇਹ ਤਾਂ ਸੀਗੇ ਹਿਮਾਚਲ ਵਾਸੀ ਜਿਹੜੇ ਪੰਜਾਬ 'ਚ ਐਂਟਰੀ ਬੇਧੜਕ ਕੀਤੀ ਆ ਅਤੇ ਬਾਕੀ ਅਗਲੀ ਕਾਰਵਾਈ ਦੇਖਦੇ ਆ ਪੰਜਾਬ ਪੁਲਿਸ ਨਾਲ ਗੱਲ ਕਰਾਂਗੇ ਵੀ ਭਾਈ ਤੁਸੀਂ ਤਿੰਨੇ ਜਣੇ ਬੈਠੇ ਪਏ ਆ ਥੋੜ੍ਹਾ ਸੋਸ਼ਲ ਡਿਸਟੈਂਸ ਪਰਿਵਾਰ ਆ ਤੁਹਾਨੂੰ पल पल की खबर जानने के लिए खबर हिमाचल टीवी को लाइक शेयर और सब्सक्राइब जरूर करें। खबर हिमाचल टीवी।